ना मैं वहाबी ना मैं बाबी, मैं हूँ मुस्लिम इल्मी किताबी। ना मैं वहाबी ना मैं बाबी, मैं हूँ मुस्लिम इल्मी किताबी। नरेंद्र सिंह भाई ने हमें ज्वाइन किया जी। भाई अस्सलाम वालेकुम, कहाँ से हैं आप? वालेकुम सलाम बिलाल भाई जी, की हाल चाल? मैं ठीक ठाक हाँ जी, तुसी सुनाओ। बहुत वधिया जी, अल्लाह दी रहमत। मैं वैसे पंजाब पटियाले कोलों हाँ जी, ते फिलहाल मैं न्यूजीलैंड च। अच्छा, ते तुसी मुसलमान हो? मैं कन्वर्ट होया हाँ जी। अच्छा माशाल्लाह माशाल्लाह, जबरदस्त। ते कदों कन्वर्ट होए हो, कितना अर्सा पहले? अच्छा मैनू हो गए जी तकरीबन 6-7 साल हो गए होने हैं माशाल्लाह, ते जी। की किवें कन्वर्ट होए हो, की चीज देखी तुसी इस्लाम दे विच? जदों वैसे तो पंजाब च सीगे उदों तो ऐदा कोई इंटरेक्शन होंदा नहीं सीगा भी इंटर रिलीजन दे विच। उदों तो ज्यादातर हिस्ट्री च यही पढ़ाया जाता सी कि मान लो भी इधर जदों अफगाना ने जां होर मुगल जिहड़े एम्पायर सीगे ਉਹਨਾਂ ਨੇ ਹਮਲੇ ਕੀਤੇ ਪੰਜਾਬ ਤੇ ਤੇ ਇਦਾਂ ਭਾਰਤ ਤੇ ਹਮਲੇ ਕਰਦੇ ਸੀ ਵਗੈਰਾ ਵਗੈਰਾ। ਤੇ ਉਦੋਂ ਤਾਂ ਥੋੜਾ ਜਿਹਾ ਕਾਈਂਡ ਆਫ ਹੇਟ ਪ੍ਰੀਚ ਹੀ ਹੁੰਦੀ ਸੀਗੀ ਸਿੱਖਿਜ਼ਮ ਚ ਮੁਸਲਿਮ ਤਰਫ। ਜਿੱਦਾਂ ਜੇ ਗੁਰਦੁਆਰਿਆਂ ਚ ਵੀ ਜਾਂਦੇ ਹਾਂ ਤਾਂ ਫੋਟੋਆਂ ਲੱਗੀਆਂ ਨੇ ਕਿ ਹਾਂ ਇੱਥੇ ਇਹ ਬੰਦੇ ਨੇ ਇੱਦਾਂ ਕੀਤਾ, ਉਹ ਬੰਦੇ ਨੇ ਇੱਦਾਂ ਕੀਤਾ ਵਗੈਰਾ ਵਗੈਰਾ। ਪਰ ਫਿਰ ਜਦੋਂ ਮੈਂ ਨਿਊਜ਼ੀਲੈਂਡ ਚ ਆਇਆ ਇੱਥੇ ਆ ਕੇ ਫਿਰ ਥੋੜਾ ਚੇਂਜ ਹੋਇਆ। ਮਲਟੀ ਕਲਚਰ ਹੋਣ ਕਰਕੇ ਥੋੜੇ ਰਾਬਤੇ ਵਧੇ ਮੁਸਲਮਾਨਾਂ ਨਾਲ ਵੀ, ਹੌਲੀ ਹੌਲੀ ਚੀਜ਼ਾਂ ਪਤਾ ਲੱਗਣ ਲੱਗੀਆਂ। ਤੇ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਕਿ ਜਿਹੜਾ ਆਪਣਾ ਸਿੱਖਿਜ਼ਮ ਵਿੱਚ ਨਾ ਪ੍ਰੋਪਰ ਨਹੀਂ ਦੱਸਦੇ ਹੈਗੇ ਕਿ ਚਲੋ ਹਾਂ ਠੀਕ ਹੈ ਦੁਨੀਆ ਬਾਰੇ ਦੱਸਦੇ ਆ ਵੀ ਤੁਸੀਂ ਚੰਗੇ ਕੰਮ ਕਰੋ, ਬੀ ਆ ਗੁੱਡ ਹਿਊਮਨ ਬੀਂਗ, ਕਿਸੇ ਦਾ ਹੱਕ ਨਾ ਮਾਰੋ, ਰੱਬ ਨੂੰ ਇੱਕ ਰੱਬ ਨੂੰ ਪੂਜੋ, ਉਹ ਵੀ ਸਹੀ ਹੈ। ਪਰ ਜੇ ਸੋਚੀਏ ਤਾਂ ਉਹਦੇ ਬਾਰੇ ਇਹ ਨਹੀਂ ਦੱਸਦੇ ਵੀ ਤੁਹਾਡਾ ਮਰਨ ਤੋਂ ਬਾਅਦ ਕੀ ਹੋਣਾ, ਤੁਸੀਂ ਕਿੱਥੇ ਜਾਣਾ, ਆਖਿਰਤ ਦੀ ਕੋਈ ਜ਼ਿੰਦਗੀ ਹੈ ਨਹੀਂ, ਤੁਸੀਂ ਰੀਕ੍ਰੀਏਸ਼ਨਲ ਹੋ ਜਾਣਾ, ਫਿਰ ਤੁਸੀਂ ਪੈਦਾ ਹੋ ਜਾਣਾ, ਫਿਰ ਮਰ ਜਾਣਾ, ਫਿਰ ਪੈਦਾ ਹੋ ਜਾਣਾ। ਤੇ ਉਹ ਚੀਜ਼ ਫਿਰ ਮੈਨੂੰ ਥੋੜੀ ਜਿਹੀ ਬਹੁਤ ਅਜੀਬ ਲੱਗੀ। ਸਹੀ ਹਾਂਜੀ, ਤੇ ਉਸ ਤੋਂ ਬਾਅਦ ਫਿਰ ਇਦਾਂ ਹੀ ਮੁਸਲਮਾਨਾਂ ਨਾਲ ਰਾਬਤਾ ਹੋਣ ਕਰਕੇ ਤੇ ਫਿਰ ਹੌਲੀ ਹੌਲੀ ਇਹਦੇ ਬਾਰੇ, ਪਹਿਲਾਂ ਤਾਂ ਮੈਂ ਸਟਾਰਟਿੰਗ ਦੇ ਵਿੱਚ ਥੋੜਾ ਨਹੀਂ ਮੰਨਦਾ ਸੀ, ਪਰ ਹੌਲੀ ਹੌਲੀ ਅੱਲਾਹ ਪਾਕ ਨੇ ਜ਼ਹਿਨ ਖੋਲਿਆ ਤੇ ਮੰਨਣਾ ਸ਼ੁਰੂ ਕੀਤਾ। ਤੇ ਫਿਰ ਉਦੋਂ ਤੋਂ ਅਲਹਮਦੁਲਿਲਾ ਫਿਰ ਹੌਲੀ ਹੌਲੀ ਇਹ ਰਸਤੇ ਤੇ ਆ ਗਏ। ਅੱਛਾ ਮਾਸ਼ਾਅੱਲਾ, ਤੇ ਯਾਨੀ ਤੁਸੀਂ ਆਖਰਤ ਦੇ ਬਾਰੇ ਚ ਜਦੋਂ ਰਿਸਰਚ ਕੀਤੀ ਹੈ ਕਿ ਮਰਨ ਤੋਂ ਬਾਅਦ ਕੀ ਹੋਏਗਾ, ਤੇ ਉਹ ਚੀਜ਼ ਜੀ ਤੁਹਾਨੂੰ ਜਿਹੜੀ ਹੈ ਨਾ ਉਹ ਕਨਵਰਟ ਕਰਨ ਚ ਜਿਹੜੀ ਹੈਲਪਫੁਲ ਸਾਬਿਤ ਹੋਈ ਹੈ। ਸਹੀ, ਤੇ ਇਹ ਹਾਂਜੀ ਦੱਸੋ ਕਿ ਜਦੋਂ ਤੁਸੀਂ ਮੁਸਲਮਾਨ ਹੋਏ, ਤੁਸੀਂ ਤਾਂ ਨਿਊਜ਼ੀਲੈਂਡ ਵਿੱਚ ਤੋਂ ਇੰਨੀ ਉੱਥੇ ਇੰਨੀ ਤਾਂ ਫਿਰਕਾਵਾਰੀਅਤ ਨਹੀਂ ਹੋਏਗੀ, ਤੇ ਤੁਸੀਂ ਜਦੋਂ ਮੁਸਲਮਾਨ ਹੋਏ ਸੋ ਤਾਂ ਸਭ ਤੋਂ ਪਹਿਲੇ ਤੁਸੀਂ ਕਿਸੇ ਫਿਰਕੇ ਚ ਗਏ ਸੋ ਜਾਂ ਡਾਇਰੈਕਟ ਬਸ ਫਿਰਕਿਆਂ ਨਾਲ ਤੁਹਾਡਾ ਕੋਈ ਤਾਰੁਫ ਹੀ ਨਹੀਂ ਸੀ? ਮੈਂ ਤਾਂ ਜੀ ਸਭ ਤੋਂ ਪਹਿਲਾਂ ਹੈਰਾਨੀ 'ਚ ਹੀ ਗਿਆ ਸੀ ਅੱਛਾ, ਉਹ ਕਿਵੇਂ? ਵੀ ਜਿੱਦਾਂ ਹੁਣ ਚਲੋ ਮੁਸਲਮਾਨ ਤਾਂ ਹੋ ਗਏ, ਉਸ ਤੋਂ ਬਾਅਦ ਫਿਰ ਜਿਹੜਾ ਬੰਦਾ ਸੀ ਉਹ ਬਰੇਲਵੀ ਹੀ ਹੈ। ਅੱਛਾ ਤੇ ਉਹ ਜਦੋਂ ਵੀ ਮੇਰੇ ਨਾਲ ਗੱਲ ਕਰਦਾ ਸੀ ਉਹਨੇ ਮੈਨੂੰ ਦੱਸਣਾ ਵੀ ਮੰਨ ਲਓ ਵੀ ਬਾਬਿਆਂ ਬਾਰੇ ਦੱਸਣਾ, ਤੇ ਫਿਰ ਮੈਨੂੰ ਲੱਗਦਾ ਸੀ ਵੀ ਜਦੋਂ ਵੀ ਜੇ ਬਾਬਿਆਂ ਦੀ ਗੱਲ ਕਰਦੇ ਹਾਂ ਤਾਂ ਬਾਬੇ ਤਾਂ ਸਾਡੇ ਕੋਲ ਹੀ ਬਥੇਰੇ ਸੀ ਪਹਿਲਾਂ। ਸਹੀ ਗੱਲ ਹੈ, ਹਾਂ ਬਿਲਕੁਲ। ਤੇ ਫਿਰ ਮੈਨੂੰ ਉਹ ਚੀਜ਼ ਥੋੜੀ ਓਪਰੀ ਲੱਗਦੀ ਸੀ। ਫਿਰ ਹੌਲੀ ਹੌਲੀ ਚਲੋ ਵੀ ਇੱਧਰ ਉੱਧਰ ਦੇਖਣਾ ਫਿਰ ਵੀ ਮੈਂ ਜਾਰੀ ਰੱਖਿਆ। ਉਦੋਂ ਪਹਿਲਾਂ ਮੈਨੂੰ ਥੋੜਾ ਕਾਫੀ ਪਤਾ ਵੀ ਨਹੀਂ ਸੀਗਾ। ਫਿਰ ਨਾਲ ਦੇ ਮੁੰਡੇ ਕੋਈ ਹੋਰ ਜਿਹੜੇ ਨਹੀਂ ਮੰਨਦੇ ਧਰਮ ਨੂੰ ਉਹ ਕਹਿ ਪੁੱਛਦੇ ਸਵਾਲ ਸੁਣਨੇ ਸ਼ੀਆ ਬਾਰੇ,
ਫਿਰ ਮੈਂ ਉਹਦੇ ਬਾਰੇ ਨੌਲੇਜ ਲੈਣੀ ਸਟਾਰਟ ਕੀਤੀ, ਤੇ ਸਹੀ। ਉਦੋਂ ਬਾਅਦ ਫਿਰ ਅੱਲਾ ਦਾ ਕਰਮ ਹੋਇਆ ਕਿ ਅਲੀ ਭਾਈ ਦੀਆਂ ਵੀਡੀਓ ਆਉਣ ਲੱਗ ਗਈਆਂ ਯੂਟਿਊਬ ਤੇ ਸਾਹਮਣੇ। ਅੱਛਾ, ਇਹ ਕਦੋਂ ਦੀ ਗੱਲ ਹੈ ਅਲੀ ਭਾਈ ਨੂੰ ਕਦੋਂ ਤੋਂ ਇਹ ਸੁਣਨਾ ਹੋ ਸ਼ੁਰੂ ਗਈ? ਹੋਇਆ ਤਕਰੀਬਨ 3-4 ਸਾਲ ਹੋ ਗਏ। ਅੱਛਾ ਮਾਸ਼ਾਅੱਲਾ। ਤੇ ਪਹਿਲੀ ਵੀਡੀਓ ਕੀ ਵੇਖੀ ਸੀ ਤੁਸੀਂ, ਕਿਸ ਟੌਪਿਕ ਤੇ? ਇਹ ਤਾਂ ਹੁਣ ਮੈਨੂੰ ਇੰਨਾ ਯਾਦ ਨਹੀਂ ਹੈ, ਪਰ ਅੱਛਾ ਹੋਣੀ ਤੇ ਕਿਸੇ ਵੈਸੇ, ਬਾਬੇ ਦੇ ਖਿਲਾਫ ਹੀ। ਅੱਛਾ, ਤੇ ਵੈਸੇ ਤੁਸੀਂ ਕਿਹੜੇ ਜ਼ਿਆਦਾਤਰ ਟੌਪਿਕ ਤੇ ਅਲੀ ਬਾਈ ਦੀ ਵੀਡੀਓ ਵੇਖਣਾ ਪਸੰਦ ਕਰਦੇ ਹੋ? ਜੀ ਮੈਂ ਬਹੁਤ ਵੀਡੀਓ ਦੇਖ ਚੁੱਕਿਆ ਹੁਣ ਤੱਕ, ਜਿਹੜਾ ਜ਼ਿਆਦਾਤਰ ਆ ਜਿਹੜਾ ਆਪਣਾ ਐਵਰੀ ਮੰਡੇ ਨੂੰ ਅਪਲੋਡ ਹੁੰਦੀ ਹੈ ਵੀਡੀਓ, ਉਹ ਸਾਰੀਆਂ ਕੰਪਲੀਟਡ ਦੇਖਦਾ। ਜਿਹੜੇ ਆ ਤੁਹਾਡੇ ਕੁਐਸਚਨ ਆਨਸਰ ਵਾਲੇ ਸੈਸ਼ਨ 2 ਸਾਲ ਪਹਿਲਾਂ ਸਟਾਰਟ ਹੋਏ ਹੋਏ ਨੇ, ਉਹ ਮੈਂ ਹੁਣ ਸਟਾਰਟ ਕੀਤੇ ਆ ਕਰਨੇ ਦੇਖਣੇ। ਅੱਛਾ, ਤੇ ਤੁਸੀਂ ਕੁਰਾਨ ਲੈਕਚਰ ਵੇਖੇ ਨੇ ਅਲੀ ਭਾਈ ਦੇ ਹਲੇ ਤੱਕ, ਤਰਜਮਾ ਤਫਸੀਰ ਵਾਲੇ? ਜੀ ਮੈਂ ਉਹ ਤਕਰੀਬਨ 7-8 ਦੇਖੇ ਨੇ। ਅੱਛਾ, ਉਹ ਪਹਿਲੇ ਉਹ ਵੇਖੋ, ਕੁਐਸਚਨ ਆਨਸਰ ਤੁਸੀਂ ਚਲੋ ਵੇਖਦੇ ਰਹੋਗੇ ਨਾਲ, ਲੇਕਿਨ ਕੁਰਾਨ ਲੈਕਚਰ ਤੁਸੀਂ ਵੇਖੋਗੇ ਨਾ, ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਕੰਪਲੀਟ ਲੈਕਚਰ ਚੈਨਲ ਇੱਕ ਲਾ ਦਾ ਤੂੰ, ਠੀਕ ਹੈ? ਉਹਦੇ ਉੱਤੇ ਨਾ ਅਲੀ ਬਾਈ ਦੀ ਕੁਰਾਨ ਲੈਕਚਰ ਨੇ ਤਰਜਮਾ ਔਰ ਤਫਸੀਰ ਦੇ ਵਿੱਚ ਨੇ, ਉਹ ਤੁਸੀਂ ਵੇਖੋਗੇ ਨਾ, ਨਾਲ ਤੁਹਾਨੂੰ ਕੁਰਾਨ ਦਾ ਵੀ ਤਾਰੁਫ ਹੋਏਗਾ, ਤਰਜਮਾ ਵੀ ਮਿਲੇਗਾ, ਨਾਲ ਤਫਸੀਰ ਵੀ ਮਿਲੇਗੀ ਉਹਦੀ। ਵੈਸੇ ਅੱਲਾ ਦੇ ਕਰਮ ਨਾਲ ਮੈਂ ਤਰਜਮਾ ਪੜ੍ਹ ਲਿਆ ਜੀ ਆਲਰੇਡੀ, ਤੇ ਜੇ ਕੁਛ ਮੈਨੂੰ ਦਿੱਕਤ ਲੱਗਦੀ ਹੈ, ਜਿੱਦਾਂ ਕੋਈ ਹੋਰ ਨੌਨ ਮੁਸਲਿਮ ਸਵਾਲ ਕਰਦੇ ਆ, ਤੇ ਫਿਰ ਉਹਦਾ ਤਾਂ ਸਪੈਸ਼ਲੀ ਜਾ ਕੇ ਆਇਤ ਲੱਭ ਕੇ ਤੇ ਉਹਦੇ ਬਾਰੇ ਫਿਰ ਤਰਜਮਾ ਦੇਖ ਕੇ ਪੜ੍ਹੀ। ਉਹਦੇ ਉੱਤੇ ਆਇਤ ਨੰਬਰ ਹਰ ਚੀਜ਼ ਹੈ ਡਿਸਪਲੇ ਹੋਈ ਹੋਈ ਹੈ। ਹਾਂਜੀ ਜ਼ਰੂਰ ਦੇਖਾਂਗੇ ਜੀ, ਜ਼ਰੂਰ। ਹਾਂਜੀ ਉਹ ਜ਼ਰੂਰ ਵੇਖੋ, ਤੁਹਾਨੂੰ ਕਾਫੀ ਕੁਝ ਨਾ ਉਸ ਤੋਂ ਇਸਲਾਮ ਦੇ ਬਾਰੇ ਚ ਹੋਰ ਜ਼ਿਆਦਾ ਸਿੱਖਣ ਨੂੰ ਮਿਲੇਗਾ, ਔਰ ਜਲਦੀ ਮਿਲੇਗਾ ਇਨਸ਼ਾਅੱਲਾ। ਤੇ ਇਹ ਦੱਸੋ ਕਿ ਫਿਰ ਅਲੀ ਬਾਈ ਨੂੰ ਤੁਸੀਂ ਵੇਖਣਾ ਸ਼ੁਰੂ ਹੋਇਆ, ਤੇ ਤੌਹੀਦ ਦੇ ਉੱਤੇ ਵੀ ਵੀਡੀਓਸ ਤੁਸੀਂ ਵੇਖੀਆਂ ਹੋਣਗੀਆਂ ਕਾਫੀ ਸਾਰੀ? ਹਾਂਜੀ ਹਾਂਜੀ। ਅੱਛਾ ਮਾਸ਼ਾਅੱਲਾ। ਤੇ ਫਿਰ ਹੁਣ ਨਮਾਜ਼ ਵੀ ਪੜ੍ਹਦੇ ਹੋ ਬਾਕਾਇਦਗੀ ਨਾਲ, ਰਫ਼ਲ ਜਦੈਨ ਵੀ ਕਰਦੇ ਹੋ ਸੁਨਨਤ ਦੇ ਮੁਤਾਬਿਕ? ਹਾਂਜੀ ਹਾਂਜੀ ਹਾਂਜੀ। ਪਹਿਲਾਂ ਜਿੱਦਾਂ ਸਟਾਰਟਿੰਗ ਦੇ ਵਿੱਚ ਤਾਂ ਨਹੀਂ ਰਫ਼ਲ ਜਦੈਨ ਪੜ੍ਹਦਾ ਸੀ, ਤੇ ਫਿਰ ਮੈਂ ਸਟਾਰਟ ਕੀਤਾ, ਤੇ ਕੰਮ ਘੱਟ ਨੌਲੇਜ ਕਰਕੇ ਫਿਰ ਕੋਈ ਮਿਲਿਆ ਬੰਦਾ ਮੁਸਲਮਾਨ, ਉਹ ਕਹਿੰਦਾ ਸੀ ਵੀ ਨਹੀਂ ਇਹ ਪਹਿਲਾਂ ਪੜ੍ਹਦੇ ਸੀ, ਫਿਰ ਬਾਅਦ ਚ ਛੱਡਤੀਆਂ ਇੰਡ ਚ ਆ ਕੇ, ਤੇ ਫਿਰ ਉਦੋਂ ਫਿਰ ਮੈਂ ਫੇਰ ਛੱਡਤੀਆਂ ਰਫ਼ਲ ਜਦੈਨ ਕਰਨਾ। ਤੇ ਪਰ ਫਿਰ ਹੁਣ ਮੈਨੂੰ ਹੋ ਗਿਆ ਤਕਰੀਬਨ 2 ਸਾਲ ਹੋ ਗਿਆ, ਹੁਣ ਮੈਂ ਫਿਰ ਦੁਬਾਰੇ ਰਫ਼ਲ ਜਦੈਨ ਨਾਲ ਹੀ ਪੜ੍ਹਦਾ ਨਮਾਜ਼। ਅੱਛਾ ਮਾਸ਼ਾਅੱਲਾ। ਤੇ ਤੁਸੀਂ ਕਿੰਨੇ ਅਰਸੇ ਬਾਅਦ ਪੰਜਾਬ ਜਾਂਦੇ ਹੋ ਵਾਪਸ? ਮੈਂ ਪੰਜਾਬ ਹੁਣ ਮੈਨੂੰ ਤਕਰੀਬਨ ਹੋ ਗਏ ਜੀ, ਮੈਂ ਗਿਆ ਸੀ ਲਾਸਟ 19 ਚ। ਅੱਛਾ, ਤੇ ਉਹ ਤੁਹਾਡੀ ਫੈਮਿਲੀ ਨੂੰ ਪਤਾ ਹੈ ਕਿ ਤੁਸੀਂ ਕਨਵਰਟ ਹੋ ਗਏ ਮੁਸਲਮਾਨ? ਹਾਂਜੀ ਉਹਨਾਂ ਨੂੰ, ਹਾਂਜੀ ਉਹਨਾਂ ਨੂੰ ਪਤਾ, ਮੇਰੇ ਫਾਦਰ ਸਾਹਿਬ ਨੂੰ ਪਤਾ, ਮਦਰ ਸਾਹਿਬ ਫੋਤ ਹੋ ਗਏ, ਮਦਰ ਜੀ, ਤੇ ਉਹਨਾਂ ਨੂੰ ਮੈਂ ਇੱਦਾਂ ਡਾਇਰੈਕਟਲੀ ਤਾਂ ਨਹੀਂ ਦੱਸਿਆ ਹੋਇਆ ਹੈਗਾ ਵੀ ਮੈਂ ਹਾਂ ਮੁਸਲਮਾਨ ਹੋ ਗਿਆ, ਪਰ ਜਿੱਦਾਂ ਮੈਂ ਕਦੇ ਕਦੇ ਉਹਨਾਂ ਨਾਲ ਗੱਲ ਕਰਦਾ, ਉਹਨਾਂ ਥੋੜੀਆਂ ਤਾਰਾਂ ਜੋੜਨ ਦੀ ਕੋਸ਼ਿਸ਼ ਕਰਦਾ ਤਾਂ ਉਹ ਤਾਰਾਂ ਟੁੱਟ ਜਾਂਦੀਆਂ, ਉਹ ਮੈਨੂੰ ਸਿੱਖ ਜਮਕਨੀ ਨੂੰ ਫੇਰ ਰੱਬਦੀਆਂ। ਉੱਧਰ ਉਹਨਾਂ ਦਾ ਉਹ ਬਹੁਤ ਕੱਟੜ ਸਿੱਖ ਨੇ, ਉਹਨਾਂ ਨੂੰ ਪੜ੍ਹਨਾ ਲਿਖਣਾ ਐਨ ਵਧੀਆ ਆਉਂਦਾ ਸਿੱਖ ਧਰਮ ਚ, ਉਹਨਾਂ ਨੂੰ ਯਾਦ ਵੀ ਬਹੁਤ ਆ ਉੱਦਾਂ ਦੀਆਂ ਆਇਤਾਂ ਜਿਹੜੀਆਂ ਉੱਧਰ ਨੇ ਗੁਰਬਾਣੀ ਚ ਨੇ। ਵੈਸੇ ਤੁਹਾਡੀ ਫੈਮਿਲੀ ਚ ਪਤਾ ਲੱਗਿਆ ਜਦੋਂ ਕਿ ਤੁਸੀਂ ਮੁਸਲਮਾਨ ਹੋ ਗਏ ਹੋ, ਮਤਲਬ ਬਾਕੀ ਫੈਮਿਲੀ ਦੇ ਵਿੱਚ ਆਪਣੇ ਮਾਂ-ਬਾਪ ਨੂੰ ਛੋੜ ਕੇ ਬਾਕੀ ਭਾਈ ਕਜ਼ਨ ਵਗੈਰਾ, ਤੇ ਤੁਹਾਡੇ ਵਾਸਤੇ ਮਸਲਾ ਨਹੀਂ ਬਣੇਗਾ? ਉਹਨਾਂ ਨਹੀਂ, ਉਹਨਾਂ ਤੋਂ ਆਪਾਂ ਕੀ ਲੈਣਾ, ਮੈਂ ਤਾਂ ਇੱਥੇ ਨਿਊਜ਼ੀਲੈਂਡ ਚ ਰਹਿਣਾ ਵੈਸੇ ਵੀ। ਅੱਛਾ, ਨਹੀਂ ਜਦੋਂ ਜਾਂਦੇ ਵੀ ਤੇ ਹੋ ਗਏ ਨਾ ਪੰਜਾਬ? ਹਾਂਜੀ। ਨਹੀਂ ਉਹ ਤਾਂ ਫਿਰ ਉਹਨਾਂ ਨਾਲ ਕੋਈ ਲਿੰਕ ਨਹੀਂ ਨਾ ਹੈ ਉਦਾਂ ਮੇਰੀ ਪਰਸਨਲ ਜ਼ਿੰਦਗੀ ਚ ਜੋ ਮੇਰਾ ਹੋ ਰਿਹਾ। ਅੱਛਾ ਅੱਛਾ ਸਹੀ। ਉਹਨਾਂ ਨਾਲ ਵਧੀਆ ਪਿਆਰ ਮੁਹੱਬਤ ਨਾਲ ਮਿਲਣਾ
ਤੇ ਇੱਦਾਂ ਹਰੇਕ ਚੀਜ਼ ਉਹਨਾਂ ਨਾਲ ਨੋਰਮਲ ਰੱਖਣੀ ਆ ਵੀ ਤੇ ਬਾਕੀ ਇਕੱਲਾ ਸੋਚ ਸਕਦੇ ਧਰਮ ਦੇ ਬਾਰੇ ਚ। ਬਿਲਕੁਲ ਬਿਲਕੁਲ। ਤੇ ਅਲੀ ਬਾਈ ਨਾਲ ਤੁਸੀਂ ਗੱਲ ਕਰਨਾ ਚਾਹੋਗੇ ਕੱਲ, ਆਪਣਾ ਕੋਈ ਸਵਾਲ ਕਰਨਾ ਚਾਹੋਗੇ? ਹਾਂਜੀ ਗੱਲ ਕਰ ਲਾਂਗੇ ਜ਼ਰੂਰ ਜੇ ਹੋ ਸਕਦਾ। ਅੱਛਾ ਜੀ ਜੀ, ਮੈਂ ਕਰਾਵਾਂਗਾ ਤੁਹਾਡੀ ਗੱਲ, ਮੈਂ ਤਰੀਕਾ ਤੁਹਾਨੂੰ ਸਮਝਾ ਦੇਣਾ। ਤੁਹਾਡੀ ਸਕਰੀਨ ਤੇ ਇੱਕ ਨੰਬਰ ਆ ਰਿਹਾ, ਤੁਸੀਂ ਇਸਦਾ ਸਕਰੀਨਸ਼ਾਟ ਜੀ ਲਓ ਆਪਣੀ ਪੂਰੀ ਸਕਰੀਨ ਦਾ। ਠੀਕ ਹੈ ਜੀ, ਲੈ ਲਿਆ। ਹਾਂ, ਤੁਸੀਂ ਇਹ ਕਰਨਾ ਹੈ ਕਿ ਇਸ ਸਕਰੀਨਸ਼ਾਟ ਨਾ ਤੁਸੀਂ ਇਸੀ ਵਟਸਐਪ ਨੰਬਰ ਤੇ ਆਨ ਹੀ ਕਰ ਦੇਣਾ, ਤੇ ਇਨਸ਼ਾਅੱਲਾ ਤੁਹਾਨੂੰ ਲਿੰਕ ਮਿਲ ਜਾਏਗਾ ਥੋੜੀ ਦੇਰ ਤੱਕ। ਵਟਸਐਪ ਤੇ ਕੀ ਕਰਨਾ ਜੀ ਮੈਂ? ਜੀ ਜੀ, ਉਹ ਭੇਜ ਦੇਣਾ ਤੁਸੀਂ ਸਕਰੀਨਸ਼ਾਟ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਸਕਰੀਨਸ਼ਾਟ ਜਿਹੜਾ ਤੁਸੀਂ ਲਿੱਤਾ ਹੈ ਨਾ ਇਹ ਭੇਜ ਦੇਣਾ, ਤੇ ਤੁਹਾਨੂੰ ਲਿੰਕ ਮਿਲ ਜਾਏਗਾ ਇਨਸ਼ਾਅੱਲਾ। ਉਹ ਲਿੰਕ ਤੁਸੀਂ ਨਾ ਕੱਲ 9:30 ਵਜੇ ਇੰਡੀਆ ਟਾਈਮ ਦੇ ਮੁਤਾਬਿਕ, ਤੁਹਾਡੇ ਕੋਲ ਕੀ ਟਾਈਮ ਹੋਇਆ ਇਸ ਟਾਈਮ? ਹੁਣ ਹੁਣ ਜੀ ਮੈਂ ਫਜਰ ਪੜ੍ਹ ਕੇ ਹਟ ਗਿਆ ਇੱਥੇ, ਮਾਰਨਿੰਗ ਆ ਸਵਾ ਅੱਛਾ 6:18 ਹੋ ਗਏ। ਹਾਂ ਬਸ 6:18 ਹੋਏ ਨੇ, ਤੇ ਤੁਸੀਂ 5:18 ਤੇ ਤਕਰੀਬਨ ਕੱਲ ਜੁਆਇਨ ਕਰਨਾ, ਠੀਕ ਹੈ? ਇਸੇ ਟਾਈਮ 1 ਘੰਟਾ ਪਹਿਲੇ, ਤੇ ਉਹ ਤੁਸੀਂ ਜੁਆਇਨ ਕਰੋਗੇ ਤੇ ਅਲੀ ਬਾਈ ਲਾਈਵ ਆਏਗੇ ਇਨਸ਼ਾਅੱਲਾ, ਤੁਹਾਡੀ ਗੱਲ ਕਰਾਵਾਂਗੇ ਉਹਨਾਂ ਨਾਲ, ਤੁਸੀਂ 2 ਸਵਾਲ ਵੀ ਕਰ ਸਕਦੇ ਹੋ। ਲੇਕਿਨ ਉਹ ਲਾਈਵ ਹੋਏਗਾ ਫਿਰ ਉਹ ਹਰ ਜਗ੍ਹਾ ਜਾਏਗੀ ਵੀਡੀਓ, ਕੋਈ ਮਸਲਾ ਤਾਂ ਨਹੀਂ ਹੋਏਗਾ ਤੁਹਾਨੂੰ? ਨਹੀਂ ਨਹੀਂ ਕੋਈ ਮਸਲਾ ਨਹੀਂ ਜੀ, ਇਹ ਵੀਡੀਓ ਵੀ ਹਰ ਜਗ੍ਹਾ ਜਾਏਗੀ, ਮੈਂ ਤਾਂ ਪੁੱਛ ਰਿਹਾ ਨਾ ਕਿਉਂਕਿ ਬਾਅਦ ਵਿੱਚ। ਨਹੀਂ ਨਹੀਂ ਕੋਈ ਮਸਲਾ ਨਹੀਂ ਜੀ, ਕੋਈ ਮਸਲਾ ਨਹੀਂ, ਕਿਤੇ ਵੀ ਚੱਲ ਜੇ ਕੋਈ ਮਸਲਾ ਨਹੀਂ। ਅੱਛਾ ਚਲੋ ਠੀਕ ਹੈ, ਕੱਲ ਇਨਸ਼ਾਅੱਲਾ ਫਿਰ ਤੁਹਾਡੀ ਗੱਲ ਕਰਾਵਾਂਗੇ ਅਲੀ ਬਾਈ ਨਾਲ। ਬਾਕੀ ਕੋਸ਼ਿਸ਼ ਕਰੋ, ਤੁਸੀਂ ਤੁਹਾਡੇ ਵਾਲਿਦ ਸਾਹਿਬ ਤੇ ਜ਼ਿੰਦਾ ਨੇ ਨਾ, ਕੋਸ਼ਿਸ਼ ਕਰੋ ਤੁਸੀਂ ਤੌਹੀਦ ਨੀ ਦਾਵਤ ਉਹਨਾਂ ਨੂੰ ਦਿਓ, ਅੱਲਾਹ ਤਾਲਾ ਨਾਲ ਤਾਰੁਫ ਕਰਾਓ, ਮਰਨੇ ਤੋਂ ਬਾਅਦ ਜਿਹੜੀ ਜ਼ਿੰਦਗੀ ਜਿਹੜੀ ਤੁਹਾਨੂੰ ਵੀ ਜਿਸ ਚੀਜ਼ ਤੋਂ ਅਟਰੈਕਸ਼ਨ ਮਿਲੀ ਸੀ ਉਹਨਾਂ ਨੂੰ ਦੱਸੋ ਕਿ ਮਰਨੇ ਤੋਂ ਬਾਅਦ ਜ਼ਿੰਦਗੀ ਅੱਲਾਹ ਤਾਲਾ ਹਿਸਾਬ ਕਿਤਾਬ ਕਰੇਗਾ, ਉਹ ਤਾਰਫ ਕਰਾਓ ਇਨਸ਼ਾਅੱਲਾ, ਕੋਸ਼ਿਸ਼ ਕਰੋ ਬਾਕੀ ਹਦਾਇਤ ਦੇਣੇ ਅੱਲਾਹ ਤੇ ਅੱਲਾਹ ਤਾਲਾ ਹੈ ਨਾ, ਤੁਹਾਡੇ ਦਿਲ ਦੇ ਵਿੱਚ ਹਦਾਇਤ ਦੀ ਤਲਬ ਸੀ ਤੇ ਵੇਖੋ ਤੁਹਾਨੂੰ ਮਿਲ ਗਈ ਹੈ ਨਾ। ਤੁਸੀਂ ਪਹਿਲੇ ਸਿੱਖ ਤੋਂ ਮੁਸਲਮਾਨ ਹੋਏ ਹੋ, ਫਿਰ ਬਰੇਲਵੀ, ਮਤਲਬ ਬਰੇਲਵੀ ਤੋਂ ਵੀ ਬਾਬਿਆਂ ਤੋਂ ਮੰਗਣਾ ਛੰਗਣਾ ਛੋੜ ਕੇ ਹੁਣ ਡਾਇਰੈਕਟ ਖਾਲਸ ਤੋਹੀਦ ਤੱਕ ਕਿਤੇ ਪਹੁੰਚੇ ਹੋ ਨਾ, ਤੇ ਕੋਸ਼ਿਸ਼ ਕਰੋ ਕਿ ਆਪਣੇ ਕਾਰਲ ਨੂੰ ਕਮ ਅਜ਼ ਕਮ ਜਿਹੜਾ ਨਾ ਉਹ ਉਹਨਾਂ ਤੇ ਦਾਵਤ ਲੈ ਹਵਾਲੇ ਨਾਲ ਲਾਜ਼ਮੀ ਕੰਮ ਕਰੋ, ਠੀਕ ਹੈ? ਠੀਕ ਹੈ ਜੀ, ਚਲੋ ਫੀ ਮਾਨ ਇਨਲਾ ਇਨਸ਼ਾਅੱਲਾ, ਕੱਲ ਤੁਹਾਡੇ ਨਾਲ ਦੁਬਾਰਾ ਗੱਲ ਹੋਏਗੀ, ਸਕਰੀਨਸ਼ਾਟ ਯਾਦ ਨਾਲ ਭੇਜ ਦੇਣਾ, ਠੀਕ ਹੈ? ਠੀਕ ਹੈ ਜੀ, ਓਕੇ ਜੀ, ਚਲੋ ਅੱਲਾਹ ਹਾਫਿਜ਼। ਫੀ ਮਾਨ ਇਨਲਾ, ਅੱਲਾਹ।